दीपक जी, पंचायती चोणां वोटां 15 तरीक नूं पैणियां ने, सो कहो जिहा माहौल है जी? पंजाब दे कई पिंड पंचायती चोणां दे चलदे जंग दा मैदान बण के जापदे ने जी। ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਹੁਣ ਭਾਰਤੀ ਤਰੀਕ ਅਨੁਸਾਰ, ਸਮੇਂ ਅਨੁਸਾਰ ਜੇ ਦੇਖੀਏ ਤਾਂ 12, 13 ਤੇ 14 3 ਦਿਨ ਰਹਿ ਗਏ, 15 ਤਰੀਕ ਤਾਂ ਵੋਟਾਂ ਹੀ ਨੇ। ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣ ਦਾ ਮਾਮਲਾ ਚੱਲ ਰਿਹਾ, ਮਤਲਬ ਪੰਚਾਇਤੀ ਚੋਣਾਂ ਹੋ ਰਹੀਆਂ ਨੇ, ਉੱਥੇ ਵੀ ਮਾਹੌਲ ਭਖਿਆ, ਤੇ ਜਿੱਥੇ ਕਾਗਜ਼ੀ ਰੱਦ ਰੁੱਦ ਕਰਾ ਲਈ ਉੱਥੇ ਵੀ ਮਾਹੌਲ ਭਖਿਆ। ਹਾਂ, ਜਿੱਥੇ ਸ਼ਾਂਤੀ ਆ ਉਹ ਹੈ ਜਿੱਥੇ ਸਰਬਸੰਮਤੀ ਹੋਈ ਹੈ। ਮਤਲਬ ਇਸ ਵਾਰ ਕਾਫੀ ਕੁਛ ਬਦਲਿਆ ਰੰਗ ਰੂਪ ਪੰਜਾਬ 'ਚ ਨਜ਼ਰ ਆਇਆ। ਜੀ ਇੱਕ ਤਾਂ ਜੇਕਰ ਮੈਂ ਪਿਛਲੀ ਵਾਰ ਦੀਆਂ ਪੰਚਾਇਤੀ ਚੋਣਾਂ ਔਰ ਮੌਜੂਦਾ ਪੰਚਾਇਤੀ ਚੋਣਾਂ ਨੂੰ ਦੇਖਦਾ ਤਾਂ ਇਸ ਵਾਰ ਸਰਬਸੰਮਤੀਆਂ ਵੱਡੀ ਗਿਣਤੀ 'ਚ ਹੋਈਆਂ, ਇੱਕ ਚੰਗੀ ਪਹਿਲਕਦਮੀ ਨਜ਼ਰ ਆਉਂਦੀ ਹੈ। ਮਤਲਬ 2018 ਦੇ ਵਿੱਚ 1863 ਪਿੰਡਾਂ ਦੀ ਪੰਚਾਇਤ ਦੇ ਵਿੱਚ ਸਰਬਸੰਮਤੀ ਹੋਈ ਸੀ, ਲਗਭਗ 1863 ਮਤਲਬ ਸਿੱਧੇ ਰੂਪ 'ਚ ਸਰਪੰਚ ਪਿਛਲੀ ਵਾਰ ਸਰਬਸੰਮਤੀ ਨਾਲ ਚੋਣ ਹੋਈ ਸੀ 2018 'ਚ, ਇਸ ਵਾਰੇ 1863 ਵਾਲੀ ਗਿਣਤੀ ਵੱਧ ਕੇ 3798 ਹੋ ਗਈ। ਮਤਲਬ ਲਗਭਗ 3800 ਪੰਚਾਇਤਾਂ ਸਰਬਸੰਮਤੀ ਨਾਲ ਚੋਣ ਹੋਈ ਆ, ਤੇ ਜੇ ਮੈਂ ਪਿਛਲੀ ਵਾਰ ਦੇ ਪੰਚ ਦੇਖਦਾ ਤਾਂ ਪੰਚਾਂ ਦੀ ਗਿਣਤੀ ਪਿਛਲੀ ਵਾਰ ਮਤਲਬ 22,000 ਸੀ, 22,203 ਪੰਚ ਸਰਬਸੰਮਤੀ ਨਾਲ ਚੋਣ ਹੋਏ, ਤੇ ਇਸ ਵਾਰੇ ਗਿਣਤੀ ਵੱਧ ਕੇ 48,000 ਹੋ ਗਈ ਹੈ, 48,000 ਤੋਂ ਵੱਧ ਪੰਚ ਸਾਡੇ ਸਰਬਸੰਮਤੀ ਨਾਲ ਚੋਣ ਹੋਏ। ਸੋ ਇਹ ਇੱਕ ਚੰਗੀ ਪਹਿਲਕਦਮੀ ਨਜ਼ਰ ਆਉਂਦੀ ਹੈ ਕਿ ਤੁਸੀਂ 3700-3800 ਪੰਚਾਇਤਾਂ ਚੁਣੀਆਂ। ਹਾਂ, ਇਹਦੇ ਵਿੱਚ ਕੋਈ ਦੋ ਰਹੇ ਨਹੀਂ ਕਿ ਸਰਕਾਰੀ ਦਬਦਬਾ ਵੀ ਚੱਲਿਆ, ਸੱਤਾ ਦਾ ਜ਼ੋਰ ਅਜਮਾਇਸ਼ ਵੀ ਚੱਲੀ ਹੈ, ਪਰ ਜਿਹੜੀਆਂ ਨਾਮਜ਼ਦਗੀਆਂ ਰੱਦ ਹੋਣ ਵਾਲੀ ਪ੍ਰਕਿਰਿਆ, ਉਸ ਨੇ ਕਚਹਿਰੀਆਂ ਤੱਕ ਜਿਹੜੇ ਮਾਮਲੇ ਪਹੁੰਚਾਏ ਨੇ, ਇਹਦੇ ਵਿੱਚ ਵੀ ਬਦਲਾਅ ਨਵਾਂ ਨਜ਼ਰ ਆਇਆ ਕਿ ਇੰਨੀ ਗਿਣਤੀ ਦੇ ਵਿੱਚ ਇੰਝ ਕੋਰਟ ਕਚਹਿਰੀਆਂ ਕਦੇ ਇੱਦਾਂ ਮਾਮਲੇ ਨਹੀਂ ਗਏ। ਪਿੰਡ ਪੱਧਰ 'ਤੇ ਕੋਈ ਮਾੜੀ ਮੋਟੀ ਖਿੱਚੋ ਤਾਣ ਹੋ ਗਈ, ਕਿਸੇ ਨੂੰ ਮਨਾ ਲਿਆ ਸਮਝਾ ਲਿਆ ਨਿਬੜੀ ਜਾਂਦਾ ਸੀ, ਪਰ ਮਤਲਬ ਕਿ 250 ਪੰਚਾਇਤਾਂ ਦੇ ਮਾਮਲੇ 'ਚ ਰੋਕ ਲੱਗ ਜਾਣਾ, ਫਿਰ ਦੂਏ ਦਿਨ ਪਤਾ ਲੱਗਣਾ ਜੀ 70 ਨਵੀਆਂ ਪਟੀਸ਼ਨਾਂ ਹੋਰ ਆ ਗਈਆਂ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ, ਕੱਲ੍ਹ ਤਾਂ ਸਵੇਰ ਤੋਂ ਦੇਖੋ ਦਿਨ ਚੜ੍ਹਦੇ ਨੂੰ, ਤੇ ਕੱਲ 70 ਹੋਰ ਆ ਗਈਆਂ, ਅੱਜ ਪਤਾ ਲੱਗ ਰਿਹਾ 100 ਦੇ ਗੇਟ 'ਚ ਹੋਰ ਪਟੀਸ਼ਨਾਂ ਪਹੁੰਚ ਗਈਆਂ। ਇੱਕ ਸੁਣਵਾਈ 16 ਤੇ ਚੱਲ ਗਈ, ਕਹਿੰਦਾ ਮਤਲਬ ਉੱਥੇ ਤਾਂ ਹੁਣ ਚੋਣਾਂ ਹੋਣੀਆਂ ਹੀ ਨੀਗੀਆਂ, ਉਹ ਤਾਂ ਬਾਅਦ 'ਚ ਤਰੀਕ ਆਊਗੀ। ਇੱਕ ਦੀ ਸੁਣਵਾਈ 14 ਤੇ ਪਈ ਆ, ਸੋਮਵਾਰ ਨੂੰ ਉੱਥੇ ਸੁਣਵਾਈ ਹੋਣੀ ਆ, ਸੋ ਨਵੀਆਂ ਪਟੀਸ਼ਨਾਂ ਹੋਰ ਆਈ ਜਾ ਰਹੀਆਂ ਨੇ। ਸੋ ਇਹ ਸਾਰੀ ਪ੍ਰਕਿਰਿਆ ਨੇ ਇੱਕ ਮਾਹੌਲ ਨਵੇਂ ਤਰ੍ਹਾਂ ਦਾ ਪਖਾਤਾ। ਜੀ ਇਹ ਸਭ ਦੇ ਦਰਮਿਆਨ ਮੈਂ ਜਿਹੜੇ ਨਾਮ ਵਾਪਸੀ ਵਾਲੀ ਪ੍ਰਕਿਰਿਆ ਦੇਖੀ, ਉਹਦੇ ਵਿੱਚ ਵੀ 20,000 ਤੋਂ ਵੱਧ ਸਰਪੰਚੀ ਦੇ ਉਮੀਦਵਾਰਾਂ ਨੇ ਨਾਮ ਵਾਪਸ ਲਏ ਨੇ। ਇਸੇ ਤਰ੍ਹਾਂ 31,000 ਦੇ ਕਰੀਬ ਪੰਚਾਂ ਨੇ ਆਪਣੇ ਨਾਮ ਵਾਪਸ ਲਏ ਨੇ। ਹੁਣ ਇਹ ਨਾਮ ਵਾਪਸ ਲੈਣ ਵਾਲੀ ਪ੍ਰਕਿਰਿਆ ਵੀ ਆਪਣੇ ਆਪ 'ਚ ਇੱਕ ਵਿਲੱਖਣ ਹੁੰਦੀ ਹੈ, ਪਰ ਜੰਗ ਦਾ ਮੈਦਾਨ ਤਾਂ ਬੀਜੇ ਜੀ ਫਿਰ ਬਣੂਗਾ ਹੀ ਨਾ। ਪਿੰਡ ਜਦੋਂ ਬੰਦੇ ਚੋਣ ਮੈਦਾਨ 'ਚ ਨਿੱਤਰ ਗਏ, ਦੋ ਧਿਰਾਂ ਕਾਗਜ਼ਾਂ ਦੀ ਪੜਚੋਲ ਹੋ ਗਈ, ਹੈਂ, ਉਹ ਤੋਂ ਬਾਅਦ ਜੀ ਨਾਮ ਵਾਪਸੀ ਵਾਲੀ ਤਰੀਕ ਲੰਘ ਗਈ, ਨਾਮ ਵਾਪਸੀ ਵਾਲੀ ਤਰੀਕ ਤੋਂ ਬਾਅਦ ਚੋਣ ਨਿਸ਼ਾਨ ਵੰਡੇ ਜਾਂਦੇ ਆ ਫਿਰ ਜੀ। ਮਤਲਬ ਚੋਣ ਨਿਸ਼ਾਨ ਵੀ ਮਿਲ ਗਏ, ਉਹ ਤੋਂ ਬਾਅਦ ਪਰਚੇ ਰੱਦ ਹੋ ਗਏ। ਇਹ ਇਹੀ ਜੀ ਨਵੀਂ ਚੰਨਵੀ ਚੜ੍ਹ ਰਹੀ ਹੈ ਬਦਲਾਅ ਵਾਲੀ ਸਰਕਾਰ, ਕਿ ਬੰਦੇ ਨੂੰ ਚੋਣ ਨਿਸ਼ਾਨ ਅਲਾਟ ਹੋ ਗਿਆ ਸਰਪੰਚਾਂ ਨੂੰ, ਉਹ ਤੋਂ ਬਾਅਦ ਕਹਿੰਦੇ ਨਹੀਂ ਜੀ ਤੁਹਾਡੇ ਕਾਗਜ਼ ਰੱਦ ਨੇ। ਜਿਹੜੇ ਅਧਿਕਾਰੀਆਂ ਨੇ NOC ਦਿੱਤੀਆਂ ਜੀ, ਉਹੀ ਅਧਿਕਾਰੀ ਕਾਗਜ਼ ਪੜਚੋਲ ਕਰਦਿਆਂ ਕਹਿੰਦੇ ਜੀ ਤੁਹਾਡੀ ਤਾਂ NOC ਸਹੀ ਨਹੀਂ ਹੈਗੀ। ਮਤਲਬ ਇਹੋ ਜਿਹਾ ਵਰਤਾਰਾ, ਫਿਰ ਉਹ ਜੰਗ ਦਾ ਮੈਦਾਨ ਨਹੀਂ ਬਣੂਗਾ, ਫਿਰ ਮਤਲਬ ਅਗਲੇ ਸੱਤਾ ਵਾਲਿਆਂ ਦੇ ਅੱਗੇ ਗਲ ਪੈਂਦੇ ਨੇ, ਹੈ ਨਾ। ਅੱਛਾ, ਨਵੀਂ ਤਰ੍ਹਾਂ ਦੀ ਲੜਾਈ ਆ ਪੰਜਾਬ ਦੇ ਪਿੰਡਾਂ ਦੇ ਵਿੱਚ, ਜਿਵੇਂ ਅਕਾਲੀ ਕਾਂਗਰਸੀਆਂ ਨੂੰ ਜੇ ਸਪੋਰਟ ਕਰ ਰਹੇ ਨੇ ਤਾਂ ਆਮ ਆਦਮੀ ਪਾਰਟੀ ਵਾਲੇ ਵਰਕਰ ਉਹਨਾਂ ਨੂੰ ਜੂਨੀਆਂ ਵੱਢਦੇ ਨੇ, ਜੇ ਆਪ ਨੂੰ ਸਪੋਰਟ ਕਰਦੇ ਨੇ ਅਕਾਲੀ ਤਾਂ ਕਾਂਗਰਸੀ ਕਹਿੰਦੇ ਨੇ ਲੈ ਇਹਨਾਂ ਕਰਕੇ ਤਾਂ ਤੁਹਾਡਾ ਭੱਠਾ ਬੈਠਿਆ, ਤੁਸੀਂ ਇਹਨਾਂ ਨਾਲ ਚੱਲੇ ਗਏ। ਮਤਲਬ ਇਸ ਤਰ੍ਹਾਂ ਦੇ ਪਿੰਡਾਂ 'ਚ ਨਵਾਂ ਇੱਕ ਵਰਤਾਰਾ, ਔਰ ਲੀਡਰ ਖੁੱਲ੍ਹ ਕੇ ਪਿੰਡਾਂ 'ਚ ਆਉਣ ਲੱਗ ਗਏ। ਮਤਲਬ ਚੋਣ ਕਿਸ ਕਦਰ ਹਾਵੀ ਹੋ ਗਈ ਪਿੰਡਾਂ ਦੇ ਵਿੱਚ ਕਿ ਮੌਜੂਦਾ MLA ਤੋਂ ਲੈ ਕੇ ਸਾਬਕਾ MLA ਨੂੰ, ਮੌਜੂਦਾ ਮੈਂਬਰ ਪਾਰਲੀਮੈਂਟ ਤੋਂ ਲੈ ਕੇ ਸਾਬਕਾ ਮੈਂਬਰ ਪਾਰਲੀਮੈਂਟ ਤੱਕ ਨੂੰ ਪਿੰਡਾਂ ਦੇ ਵਿੱਚ ਗੇੜੇ ਕੱਢਣੇ ਪੈ ਰਹੇ ਨੇ। ਮਤਲਬ MP ਤੱਕ ਨੂੰ ਬੁਲਾਉਣਾ ਪੈ ਰਿਹਾ, ਪਤਾ ਨੀ ਕਿਸੇ ਦਿਨ ਉਹਦੇ ਨਾਂ ਆਵੇ ਕਿ ਪ੍ਰਧਾਨ ਮੰਤਰੀ ਚੋਣ ਪ੍ਰਚਾਰ ਕਰਨਾ ਜਾਵੇ ਪੰਚਾਇਤਾਂ ਦਾ, ਮੈਨੂੰ ਤਾਂ ਇਹ ਫਿਕਰ ਪੈ ਗਿਆ। ਵੈਸੇ ਵੀ ਆਦਤ ਵੀ ਆ ਸਾਡੇ ਲੀਡਰਾਂ ਨੂੰ, ਹੈ ਨਾ, ਸੋ ਇਸ ਲਈ ਪਤਾ ਨੀ ਕਿੱਦਣ ਇਹ ਵੀ ਦਿਨ ਦੇਖਣ ਨੂੰ ਆ ਜਾਵੇ। ਸੋ ਇਹ ਸਥਿਤੀ ਤੱਕ ਪਹੁੰਚੀ ਹੋਈ ਆ। ਹਾਂ, ਇਹ ਸਭ ਦੇ ਵਿੱਚ ਅਦਾਲਤ ਦੀਆਂ ਝਾੜਾਂ ਤੋਂ ਬਾਅਦ ਦੋ ਪਹਿਲੂ ਨਵੇਂ ਨਜ਼ਰ ਆਏ, ਜਿਹਦੇ ਵਿੱਚ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਦੀ ਤੇ ਪੰਜਾਬ ਸਰਕਾਰ ਦੀ ਕਲਾਸ ਲੱਗੀ, ਤਾਂ ਹੁਣ ਚੋਣ ਕਮਿਸ਼ਨ ਨੇ DC ਨੂੰ ਹਦਾਇਤ ਕੀਤੀ ਆ ਕਿ ਵੀ ਘੱਟੋ ਘੱਟ ਵੋਟਾਂ ਵਾਲੇ ਦਿਨ ਜਿਹੜੇ ਅਧਿਕਾਰੀ ਲਾਏ ਜਾਣਗੇ ਉੱਥੇ, ਹੈ ਨਾ, ਰਿਟਰਨਿੰਗ ਅਫਸਰ ਵਗੈਰਾ, ਕਿ ਉਹਨਾਂ ਦੇ ਉੱਤੇ ਨਜ਼ਰ ਰੱਖੋ, ਉਹ ਕੋਈ ਜ਼ਿਆਦਾ ਗੜਬੜ ਨਾ ਕਰਨ। ਮਤਲਬ ਇਹਨਾਂ ਤੋਂ ਥੋੜੀ ਜਿਹੀ ਹੁਣ ਡਰ ਲੱਗਿਆ ਅਦਾਲਤੀ ਪ੍ਰਕਿਰਿਆ ਤੋਂ, ਪਰ ਜਨਾਬ ਸਭ ਨੂੰ ਪਤਾ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਕਿਵੇਂ ਹੁੰਦੀਆਂ ਨੇ, ਅਕਾਲੀਆਂ ਦੇ ਟਾਈਮ, ਕਾਂਗਰਸੀਆਂ ਦੇ ਟਾਈਮ, ਤੇ ਜਿਹੜੇ ਹੁਣ ਵਾਲੀ ਧਿਰ ਹੈ ਉਹ ਇਹਨਾਂ ਚੋਂ ਹੀ ਨਿਕਲੀ ਹੈ, ਕੋਈ ਅਕਾਲੀਆਂ ਚੋਂ ਆਏ, ਕੋਈ ਕਾਂਗਰਸੀਆਂ, ਇਸ ਲਈ ਸਾਰੇ ਢੰਗ ਤਰੀਕੇ ਉਹਨਾਂ ਨੂੰ ਪਤਾ ਨੀ। ਪਰ ਇਹ ਤੋਂ ਗਾਂਹ ਵਾਲਾ ਜਿਹੜਾ ਫੈਸਲਾ ਹੈ
ਉਹ ਇੱਕ ਚੰਗਾ ਫੈਸਲਾ। ਉਹ ਕਹਿੰਦੇ ਜੀ ਕਿ ਵੋਟਾਂ ਦੀ ਗਿਣਤੀ ਵੀਡੀਓ ਰਿਕਾਰਡਿੰਗ ਦੀ ਹਾਜ਼ਰੀ 'ਚ ਹੋਏਗੀ। ਅੱਛਾ ਜੀ। ਹਰ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਦੀ ਵੋਟਾਂ ਦੀ ਗਿਣਤੀ ਵੀਡੀਓ ਰਿਕਾਰਡਿੰਗ 'ਚ ਹੋਏਗੀ। ਇਹ ਪਹਿਲਕਦਮੀ ਬਹੁਤ ਵਧੀਆ, ਇਹਦੇ ਨਾਲ ਕਿੰਨੇ ਝਗੜੇ ਨਿਪਟ ਸਕਦੇ ਆ, ਬਸ਼ਰਤੇ ਗਿਣਤੀ ਤੋਂ ਬਾਅਦ ਸਰਪੰਚੀ ਦਾ ਐਲਾਨ, ਔਨ ਰਿਕਾਰਡ ਸਰਟੀਫਿਕੇਟ, ਉਹ ਸਾਰਾ ਕੁਛ ਵੀਡੀਓਗ੍ਰਾਫੀ 'ਚ ਹੋਵੇ। ਕਿਉਂਕਿ ਪਤਾ ਇਹ ਵੀ ਲੱਗ ਰਿਹਾ ਕਿ ਅੰਦਰ ਖਾਤੇ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਜਾ ਰਹੀ ਹੈ ਕਿ ਮੂੰਹ ਜਵਾਨੀ ਫੈਸਲਾ ਸੁਣਾ ਕੇ ਆ ਜਾਇਓ, ਸਰਪੰਚ ਪੰਚ ਮੂੰਹ ਜਵਾਨੀ ਐਲਾਨ ਕੇ ਆ ਜਾਓ ਵੋਟਾਂ ਦੀ ਗਿਣਤੀ ਤੋਂ ਬਾਅਦ, ਕੋਈ ਲਿਖਤੀ ਲੁਖਤੀ ਨਾ ਕੋਈ ਦੇ ਆਇਓ, ਸਵੇਰ ਨੂੰ ਪਤਾ ਨਹੀਂ ਦਫ਼ਤਰ 'ਚ ਵੀ ਕੋਈ ਖੇਲਾ ਨਾ ਕਰਨਾ ਹੋਵੇ, ਇਹਦੇ ਨਾਲ ਕਲੇਸ਼ ਵੱਧ ਵੀ ਸਕਦਾ। ਪਰ ਹੁਣ ਆਹ ਵੀਡੀਓਗ੍ਰਾਫੀ ਵਾਲਾ ਜਿਹੜਾ ਫੈਸਲਾ ਆਇਆ ਕਿ ਚੋਣ ਪ੍ਰਕਿਰਿਆ ਦੀ ਸਾਰੀ ਗਿਣਤੀ ਦੀ ਵੀਡੀਓਗ੍ਰਾਫੀ ਹੋਊਗੀ, ਉਹ ਤੋਂ ਬਾਅਦ ਸ਼ਾਇਦ ਅਫਸਰਾਂ ਦੇ ਲਈ ਵੀ ਹੁਣ ਇਹ ਮਤਲਬ ਕੰਨ ਖੜੇ ਹੋ ਜਾਣਗੇ ਸ਼ਾਇਦ। ਇਸ ਲਈ ਮੈਨੂੰ ਇਹ ਤੋਂ ਆਸ ਜਾਗਿਆ ਕਿ ਥੋੜ੍ਹੇ ਜਿਹੇ ਲੜਾਈ ਝਗੜੇ ਘਟਣ ਦੀ ਆਸ ਹੈਗੀ ਆ, ਪਰ ਫਿਰ ਵੀ 15 ਤਰੀਕ ਤੱਕ ਮਾਹੌਲ ਬਹੁਤ ਪਿੰਡਾਂ 'ਚ ਮਤਲਬ ਅੱਗੇ ਪੰਚਾਇਤੀ ਚੋਣਾਂ 'ਚ ਹੈ ਜਥੇ ਬਣਾ ਕੇ ਨਹੀਂ ਚੱਲਦੇ ਸੀ ਜੀ, ਤੇ ਉਹ ਇੱਕੋ ਜਥਿਆਂ ਨੇ ਟਕਰਾਅ ਵਾਲੀ ਸਥਿਤੀ, ਇਹਦੇ ਨਾਲੋਂ ਵੱਧ ਸੋਸ਼ਲ ਮੀਡੀਆ 'ਤੇ ਮਤਲਬ ਵੀਡੀਓ ਪਾ ਕੇ ਫਿਰ ਕਿਸੇ ਗਾਇਕ ਦਾ ਗਾਣਾ ਲਾ ਕੇ ਉਹ ਜੋ ਕੁਛ ਚੱਲ ਰਿਹਾ ਇੱਕ ਦੂਜੇ ਨੂੰ ਤਾਨੇ ਮਿਹਣੇ ਹੈ ਨਾ, ਉਹ ਸਾਰਾ ਕੁਛ ਉਹਨੇ ਇੱਕ ਜ਼ਿਆਦਾ ਖਲਾਰਾ ਪਾਇਆ। ਸੋ ਉਸ ਸਥਿਤੀ ਦੇ ਕਰਕੇ ਆ ਹੁਣ ਅਗਲੇ 2 ਦਿਨ ਬਹੁਤ ਔਖੇ ਲੰਘਣੇ ਆ। ਹਾਂ, ਇਹਦੇ ਵਿੱਚ ਪਿੰਡਾਂ ਦੀਆਂ 2 ਧਿਰਾਂ ਬਹੁਤ ਖੁਸ਼ ਨੇ। ਇੱਕ ਧਿਰ ਅਮਲੀ ਭਾਈਚਾਰਾ ਨਸ਼ੇ ਪੱਤੇ ਕਰਨ ਵਾਲਾ ਕਿ ਲੈ ਵੀ ਆਪਣੇ ਤਾਂ ਘਾਟੋ ਫੁੱਲਾਂ ਤੇ ਆ, ਬਹਾਰ ਆਈ ਆ। ਅਮਲੀ ਭਾਈਚਾਰਾ, ਇਹ ਮੈਂ ਸ਼ਬਦ, ਇਹ ਸ਼ਬਦ, ਇਹ ਸ਼ਬਦ ਜੋੜ ਮੈਂ ਪਹਿਲੀ ਵਾਰ ਸੁਣਿਆ, ਅਮਲੀ ਭਾਈਚਾਰਾ ਜੀ। ਪਲੀਜ਼ ਕਹੋ। ਦੇਖੋ ਬਈ, ਕਿਸੇ ਦੇ ਵੀ ਭਾਵਨਾ ਨੂੰ ਠੇਸ ਪਹੁੰਚੀ, ਪਤਾ ਨਹੀਂ ਕਦੋਂ ਤੁਹਾਨੂੰ ਨੋਟਿਸ ਆ ਜਾਵੇ ਜੀ। ਸੋ ਇਸ ਲਈ ਇੱਕ ਤਾਂ ਉਹ ਭਾਈਚਾਰਾ ਵਾਗੋ ਵਾਗ ਹੈ। ਦੂਜੇ ਪਾਸੇ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਹੈ ਨਾ ਪਿੰਡਾਂ ਦੇ ਵਿੱਚ, ਉਹਨਾਂ ਦੀ ਪੁੱਛ ਪ੍ਰਤੀ ਸਹੀ ਮਿਹਨਤ 5 ਸਾਲ ਵਾਦੇ ਹੁੰਦੀ ਹੈ ਜੀ ਜੀ ਜੀ। ਜਦੋਂ ਪਹਿਲਾਂ 5 ਪੂਰੇ ਪਿੰਡਾਂ 'ਚੋਂ ਲੜਦੇ ਸੀ ਨਾ, ਪੂਰੇ ਪਿੰਡ 'ਚੋਂ, ਤਦ ਉਹਨਾਂ ਲਈ ਜ਼ਿਆਦਾ ਰਾਹ ਖੁੱਲਦਾ ਸੀ। ਹੁਣ ਵਾਰਡਬੰਦੀ ਹੋ ਗਈ ਤਾਂ ਥੋੜ੍ਹਾ ਜਿਹਾ ਉਹ ਘੱਟ ਗਿਆ, ਪਰ ਫਿਰ ਵੀ ਮਤਲਬ ਜਿਹੜੇ ਰਜਵਾੜਾ ਸ਼ਾਹੀ ਸਿਸਟਮ ਪਿੰਡਾਂ 'ਚ ਹੈਗਾ ਹੈ ਨਾ, ਜ਼ਿਮੀਦਾਰੀ ਸਿਸਟਮ ਹੈਗਾ, ਉਹਦੇ ਵਿੱਚ ਜਿਹਨਾਂ ਨੂੰ ਬੂਹਾ ਵੀ ਨਹੀਂ ਖੋਲਦੇ ਖੜਕਾਇਆਂ ਤੇ, ਹੁਣ ਉਹੀ ਵੋਟਾਂ ਮੰਗਣ ਲਈ ਉਹਨਾਂ ਦੇ ਦਰ ਤੇ ਬੈਠੇ ਨੇ, ਦੇਹਲੀਆਂ ਤੇ ਬੈਠੇ ਨੇ। ਸੋ ਉਹ ਇਸ ਲਈ ਉਹ ਉਹਨਾਂ ਨੂੰ ਬਹੁਤ ਰਾਹਤ ਆ ਕਿ ਚਾਹੇ ਚੋਣਾਂ ਦੇ ਸਹਾਰੇ ਹੀ ਸਹੀ, ਘੱਟੋ ਘੱਟ ਸਾਡੇ ਘਰੇ ਆ ਕੇ ਕੋਈ ਢੁਕਦਾ ਤਾਂ ਹੈ, ਕੋਈ 4 ਛਿੱਲੜ ਦੇ ਕੇ ਤਾਂ ਜਾਂਦਾ, ਮੈਂ ਕਹਿੰਦਾ ਚਾਹੇ ਕੁਛ ਹੋਵੇ। ਸੋ ਇਸ ਲਈ ਉਹ 2 ਤਰ੍ਹਾਂ ਬਹੁਤ ਇਸ ਮਸਲੇ ਤੋਂ ਨੇ। ਹਾਂ, ਪਰ ਇਸ ਵਾਰ ਪੰਜਾਬ ਦੇ ਵਿੱਚ ਇੱਕ ਨਵੀਂ ਪਰਤ ਦੇਖਣ ਨੂੰ ਮਿਲ ਰਹੀ ਹੈ ਜੀ। ਕੁਝ ਮੁੰਡੇ ਪੰਚੀ ਸਰਪੰਚੀ ਦੀ ਚੋਣ ਲੜ ਰਹੇ ਨੇ ਨੌਜਵਾਨ। ਅੱਛਾ ਜੀ। ਉਹ ਕਹਿੰਦੇ ਬਾਈ ਜੀ ਸਾਨੂੰ ਪਤਾ ਹੈ ਕਿ ਅਸੀਂ ਹਾਰਾਂਗੇ, ਪਰ ਅਸੀਂ ਉਹਦੇ ਬਾਵਜੂਦ ਵੀ ਕੋਈ ਨਸ਼ਾ ਪੱਤਾ ਨਹੀਂ ਵੰਡ ਰਹੇ ਜੀ। ਇੱਕ ਨਵੀਂ ਪਰਤ ਹੈ, ਉਹ ਕਹਿੰਦੇ ਸਾਨੂੰ ਚਾਹੇ 11 ਵੋਟਾਂ ਨਿਕਲ, ਚਾਹੇ 5 ਨਿਕਲਣ, ਚਾਹੇ ਇਕੱਲੀ ਆਪਣੀ ਪਾਉਣੀ ਪਵੇ, ਪਰ ਅਸੀਂ ਪਿਰਤ ਪਾਉਣਾ ਚਾਹੁੰਦੇ ਕਿ ਬਿਨਾਂ। ਔਰ ਕਿੰਨੇ ਪਿੰਡਾਂ 'ਚੋਂ ਮੁੰਡੇ ਅਜੇ ਉੱਠੇ ਨੇ ਜੀ। ਸੋ ਇਸ ਲਈ ਇਹ ਇੱਕ ਚੰਗੀ ਪਹਿਲਕਦਮੀ ਹੈ। ਜਿਵੇਂ ਆਪਾਂ ਇਸ ਵਾਰ ਕਹਿ ਰਹੇ ਹਾਂ ਨਾ ਕਿ ਸਰਬਸੰਮਤੀ ਹੋਣ ਲੱਗ ਗਈ, ਉਸੇ ਤਰ੍ਹਾਂ ਜੇ ਅੱਜ ਇਹ ਸਰਬਸੰਮਤੀ ਵਾਲਾ ਅੰਕੜਾ ਵੱਧ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਪਿਰਤ ਵੀ ਸ਼ਾਇਦ ਪੱਕੀ ਹੋ ਸਕਦੀ ਹੈ। ਸ਼ਾਬਾਸ਼ੀ ਉਹਨਾਂ ਨੂੰ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਕਈ ਲੋਕ ਜਿਹਨਾਂ ਦੀ ਪੁੱਛ ਪੜਤਾਲ ਸਾਰਾ 5 ਸਾਲ ਨਹੀਂ, ਜਿਹਨਾਂ ਨੂੰ ਪੁੱਛਿਆ ਜਾਂਦਾ ਬਾਤ ਨਹੀਂ ਪੁੱਛੀ ਜਾਂਦੀ, ਹੁਣ ਉਹਨਾਂ ਨੂੰ ਵੀ ਕੰਸਿਡਰ ਕੀਤਾ ਜਾ ਰਿਹਾ, ਉਹਨਾਂ ਦੇ ਉਹਨਾਂ ਨੂੰ ਵੀ ਜਾ ਕੇ ਗੱਲ ਪੁੱਛੀ ਜਾ ਰਹੀ। ਮੇਰੇ ਸ਼ੇਅਰ ਯਾਦ ਆ ਗਿਆ, ਇੱਕ ਅਕਸਰ ਚੱਲਦਾ ਚੋਣਾਂ ਦੇ ਦਿਨਾਂ 'ਚ ਕਿ ਗਰੀਬ ਕੀ ਥਾਲੀ ਮੇਂ ਪੁਲਾਓ ਆ ਗਿਆ ਹੈ, ਲੱਗਤਾ ਹੈ ਦੇਸ਼ ਮੇਂ ਚੁਣਾਓ ਆ ਗਿਆ ਹੈ। ਸੋ ਹੁਣ ਉਹ ਗੱਲ ਪਿੰਡਾਂ ਦੇ ਵੀ ਢੁਕਦੀ ਹੈ ਜੀ। ਬਿਲਕੁਲ। ਅੱਛਾ, ਇਸ ਗੱਲ ਨੂੰ ਜੇ ਅੱਗੇ ਕੰਟੀਨਿਊ ਕਰੀਏ ਦੀਪਕ ਜੀ, ਕੁਝ ਅਜਿਹੇ ਪਿੰਡ ਵੀ ਨੇ ਜਿਨ੍ਹਾਂ ਨੇ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਜੀ। ਤਾਜਪੁਰਾ ਪਿੰਡ ਉਹਦਾ ਨਾਮ ਸੁਣਨ ਨੂੰ ਮਿਲ ਰਿਹਾ, ਕੀ ਚੱਲ ਰਿਹਾ ਜੀ? ਬਿਲਕੁਲ, ਬੜਾ ਨਵੇਕਲੇ ਤਰ੍ਹਾਂ ਦਾ ਕੇਸ ਹੈ ਜੀ ਪਿੰਡ ਤਾਜਪੁਰੇ ਦਾ। ਚੰਡੀਗੜ੍ਹ ਦੇ ਨਾਲ ਲੱਗਦਾ ਖੇਤਰ ਕੁਰਾਲੀ, ਕੁਰਾਲੀ ਦੇ ਬਲਾਕ ਮਾਜਰੀ ਦਾ ਪਿੰਡ ਹੈ ਤਾਜਪੁਰਾ, ਬੜਾ ਛੋਟਾ ਜਿਹਾ ਪਿੰਡ ਹੈ। ਮਤਲਬ 184 ਦੇ ਕਰੀਬ ਵੋਟਾਂ ਨੇ ਇਸ ਪਿੰਡ ਦੇ ਵਿੱਚ। 184 ਵੋਟਾਂ ਦੇ ਵਿੱਚ ਇਹ ਪਿੰਡ ਪੂਰੇ ਦੇ ਪੂਰੇ ਵੋਟਰਾਂ ਨੇ ਤੈਅ ਕਰ ਲਿਆ ਕਿ ਵੀ ਸਾਡੇ ਪਿੰਡ 'ਚੋਂ ਕੋਈ ਚੋਣ ਨਹੀਂ ਲੜੂਗਾ, ਅਸੀਂ ਚੋਣਾਂ ਦਾ ਬਾਈਕਾਟ ਕਰਦੇ ਹਾਂ। ਪਹਿਲੂ ਬੜਾ ਕਮਾਲ ਹੈ ਜੀ। ਪਹਿਲੂ ਇਹ ਹੈ ਕਿ ਇਹ ਪਿੰਡ ਪਿਛਲੇ 10 ਸਾਲਾਂ ਤੋਂ ਰਾਖਵਾਂਕਰਨ ਕੀਤਾ ਹੋਇਆ ਇਸ ਪਿੰਡ ਦਾ। ਪਹਿਲਾਂ 5 ਸਾਲ SC ਮਹਿਲਾ ਰਾਖਵਾਂ ਸੀ, ਫਿਰ ਲੰਘੇ ਪਿਛਲੇ 5 ਸਾਲ SC ਭਾਈਚਾਰੇ ਲਈ ਰਾਖਵਾਂ ਸੀ। ਸੋ ਪਹਿਲਾਂ SC ਭਾਈਚਾਰੇ ਦੀ ਮਹਿਲਾ ਰਾਖਵੀਂ ਸੀਟ ਕਰਕੇ ਉਹਨਾਂ ਦੇ ਵਿੱਚੋਂ ਪਰਿਵਾਰ 'ਚੋਂ ਬਣਿਆ, ਫਿਰ SC ਭਾਈਚਾਰੇ ਦੇ ਵਿੱਚੋਂ ਹੀ ਸਰਪੰਚ ਬਣਿਆ। ਸੋ ਇਸ ਲਈ 2 ਵਾਰ ਰਾਖਵਾਂ ਸੀ। ਇਸ ਵਾਰ ਸਾਰਾ ਪਿੰਡ ਕਹਿੰਦਾ ਵੀ ਕਿ ਰੋਟੇਸ਼ਨ ਬਦਲ ਕੇ ਉਹਨਾਂ ਨੂੰ ਜਰਨਲ ਕਰੋ। ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਪਿੰਡ ਦਾ ਜਿਹੜਾ SC ਭਾਈਚਾਰਾ ਉਹ ਵੀ ਪਿੰਡ ਦੇ ਨਾਲ ਖੜਾ ਕਿ ਬਾਈ ਅਸੀਂ ਵੀ ਚੋਣ ਨਹੀਂ ਲੜਨੀ ਹੈ, ਸਾਡਾ ਵੀ ਬਾਈਕਾਟ ਹੈ। 184 ਕੁੱਲ ਵੋਟਾਂ ਦੇ ਵਿੱਚੋਂ 15 SC ਭਾਈਚਾਰੇ ਦੀਆਂ ਵੋਟਾਂ ਨੇ ਪਿੰਡ ਦੇ ਵਿੱਚ। ਅੱਛਾ ਜੀ। ਹੁਣ ਇਹਦਾ ਮਤਲਬ ਜਦੋਂ ਮਹਿਲਾ ਸਰਪੰਚ ਬਣੀ ਹੋਣੀ ਤਾਂ ਇਹਨਾਂ 15 ਹੀ ਵੋਟਾਂ 'ਚ ਬਣੀ ਹੋਣੀ, ਤੇ ਜਦੋਂ
मतलब कि पिछली बार कोई भी बंदा सरपंच बने होना तो वह भी इन्हें 15 चो बनया होना। हुण एक बार फिर उन्होंने लिए रकम है तो पिंड कहता भी नहीं ये धक्का है कि दो बार हो लिया हूँ जनरल नूं मौका दिओ तो ये 15 दियां 15 वोटां वाले परिवार भी कहिंदे भी असीं भी अपने पिंड नाल खड़े हैं हुण जनरल करो असीं कर ली सरपंची। हुण कहिंदे जी BDPO DDPO SDM DC चोण कमीशन सब नूं चिट्ठियां पत्र सारा कुछ लिख लिया वो कहिंदे नहीं जी थोड़े ध्यान चो ना आपां वो पंचायत सोध एक्ट दे वल नाल गल कर रहे थे ना कि हुण रोटेशन जी बदलती जी पहला ब्लॉक पद्धर से सी हुण जिला पद्धर से लै गए सो इसलिए सारी चेंज हो गई उसके करके फिर पता नहीं वो उस करके पिंड विच आ गया जी जां सच्चाई ये है कि पिंड किनू राखवा रखना किनू जन्म रखना ये MLA ते सरकारां बहुत अपनी मर्जी ना करा लैंदियां हुण उहदे पिछे कोई राजनीति है। पर जिहड़े 15 परिवारां दे जी वोटर हुंदे आ भी सरपंच द्वारा नहीं बनना चाहुंदे की उहनां ते कोई दबाव है कि बायकाट करन पिछे उहनां ते कोई प्रेशर है जी जां वो इस सच्चाई तो जाणू ने कि चाहे बनता जाइए पर चलाउणी तां किसे होर नहीं हुंदी है साडा तां ना ही हुंदा है सो जी इसलिए क्यों इसलिए नहीं बनना चाहुंदे जां उन्होंने देख लिया कि भाई कुछ नहीं खट्टण नूं बदनामी हो इह तों दूर रहना। जी पर एक कमाल है जी कि पिंड ने एका तां दिखाया कि भाई जे सर्वसंमति लई एके हो रहे ने तां बायकाट लई भी एक है कि 184 ਦੇ 184 वोटरां ने फैसला किया कि असीं चोणां दा बायकाट करांगे। इस बायकाट का स्वागत करदे पिंड चो किसी ने सरपंची तां सरपंची पंची का भी कागज नहीं भरिया जी एक भी उम्मीदवार नहीं है पिंड चो सो हुण इहदा आउंदे दिनां च की फैसला हुंदा देखदे हां जी। दीपक जी, अग्निवीर वाली पॉलिसी जिहदे तहत के नौजवानों नू फौज दे विच भर्ती करके फिर कुछ सालों मगरों उन्होंने सेवा मुक्त करने की जिहड़ी गल सी, इहनू लैके कॉन्ट्रोवर्सी बड़ी बनी रही। समय समय सिर तुसीं वी इस बारे जानकारी सांझी करते रहने हो। हुण जिहड़े अग्निवीर ने, क्योंकि गल तो यह सी वी जदों उन्हां नू सेवा मुक्त कर दिता गया, ट्रेनिंग उन्हां कोल सारी हैगी आ, उस तो बाद उन्हां नू कोई अग्गे जॉब की सिक्योरिटी नहीं सी, फिर यह सीगा भी वह कितने गलत हत्थां दे विच जाके उस ट्रेनिंग का कितने कोई दुरवरतों कर सकते हैं। हुण की कहा जा रहा है जी सरकार वालों कि अग्निवीर जिहड़े ट्रेनिंग तो बाद जिहड़े बेरोज़गार नहीं रहणगे, फिर वह सेवा मुक्त होण मगरों सरकारी नौकरी मिलेगी जी? बिल्कुल जी ये काफ़ी हद तक राह खुल रहा है आप ये बारे पहले भी गल करते रहे हैं कि सरकार ये बदलाव लियाने बारे सोच रही है और लगभग वो बदलाव के उत्ते मोहर लग गई है। जी हरियाणा चोणां च भाजपा ने इसनों प्रचारिया भी क्योंकि हरियाणा भी उन्होंने सूबे चाहता जितों वड्डी गिणती च नौजवान फौज लई भर्ती लई निकलते हैं जी है ना। सो ये इस अग्निवीर दे इस पहलू नूं प्रचार के कांग्रेस सत्ता हथियाना भी चाहती सी कि कमजोर कड़ी है जी जी उन्होंने इसनों मुद्दा भी बनाया तो भाजपा ने आ पक्ष उभार के कि नहीं जी ये तो बहुत असहाई है नौजवानों के लिए है ना असं तो हम रुजगार के राह भी खोलते उन्होंने इस तो कैश करना भी चाहिए जी सो जो मर्जी हो पर ये हवाले न अग्निवीर योजना चर्चा च भी आई और उसका सोध का पक्ष भी खुलिया। बिल्कुल ये पहलू बड़ा गंभीर सीगा कि फौज मुखिया तक ने कहा सीगा कि इन्ने साल से जिन्नी साल से उन्हें रिटायर होने इन्ने साल से तो ट्रेन फौजी बनता भी नहीं तो वैसी वधीकी है। पर जी हुण इहदे एक चंगी पहलकदमी ये आई वो कहिंदे कि 25% अग्निवीरां नूं फौज दे विच पक्की नौकरी मिलेगी पूरे समय लिए जिन्हें अग्निवीर भर्ती होणगे उन्हां दी उस टर्म दे दौरान जदों चो पता लग जाएगा कि आ बच्चा परिपक्व है जां ये कुछ अगे वधना चाहुंदा है इहदे जी विच कुछ करंट हैगा उहनां 25% नूं उहनां दी योग्यता दे आधार ते फौज दे विच कंटिन्यू रख्या जाएगा। पर जिहड़े 75% रिटायर होणगे उहनां चों 42% नूं वक्खो वक्ख सरकारी नौकरियां च एडजस्ट किया जाएगा। मतलब 1 लख अग्निवीर है उहदे जी विचों 25,000 फौज च रह गए 75,000 बाहर आ गए रिटायर होके जिन्हों जी मतलब उक्का पुक्का एक किस्त च पैसे मिलने हैं कोई पेंशन नहीं कोई कुछ नहीं वो 75,000 दे विचों फिर 42% मतलब 31,500 नूं सरकारी नौकरी मिलेगी सो किहड़े विभाग च जाणगे उहनां दी किस तरह की वो होएगी सो वो आने वाले समय च क्लीयर हो जाएगा। पर यह गल तय है कि हाँ उहनां नूं मतलब जिहड़े भी विभाग च जाणगे उस विभाग के अनुसार नवे भत्ते नवी तनखा सारा कुछ उवें मिलेगा सो एक थोड़ा जा आस की किरण है कि हाँ ये घट्टो घट्ट जी भटकणबाजी है वो रुक सकती है और ये उस समय फैसला आ रहा है जो तो लगभग पहला ग्रुप जो अग्निवीर वजो आया सी उसकी रिटायरमेंट की तरीक आ गई है जी 26 से 27 के रिटायरमेंट की तरीक है सो इसलिए वो तो पहला जो फैसला हो गया तो उन्होंने सही है अगलिया भी राह खुल जाएगा हो सकता अग्निवीर लिए कुछ बच्चे नवे आ जाए पर ता भी एक पूरन फौज के लिए शुभ संकेत नहीं है इस नूं पूरन भर्ती के रूप च खोलना अजे भी समय की लोड़ है ये पर सरकार सोचना चाहिए। ये फौजा भी जो कॉन्ट्रैक्ट बेस रखोगे टैंपरेरी रखोगे तो फिर खास करके यह जे मुल्क जिथे कहने को
ਸਾਡੇ ਚੀਨ ਦੇ ਨਾਲ ਵੀ ਸੰਬੰਧ ਕਿਹੋ ਜਿਹੇ ਨੇ, ਪਾਕਿਸਤਾਨ ਨਾਲ ਵੀ ਸੰਬੰਧ ਕਿਹੋ ਜਿਹੇ ਨੇ, ਉਹ ਇਸ ਸਮੇਂ ਗੰਭੀਰ ਹੈ, ਪਰ ਫਿਲਹਾਲ ਅਗਲੀ ਵੀਰਾਂ ਲਈ ਇਹ ਚੰਗੀ ਖਬਰ ਹੈ। ਦੀਪਕ ਜੀ, ਕਾਰਾਂ ਨੂੰ ਇਲੈਕਟ੍ਰੀਫਾਈ ਕਰਨ ਦੀ ਜਿਹੜੀ ਚਰਚਾ ਹੈ ਦੁਨੀਆ ਭਰ ਦੇ ਵਿੱਚ ਛਿੜੀ ਹੋਈ ਹੈ, ਅਤੇ ਜੇ ਇਲੈਕਟ੍ਰਿਕ ਕਾਰਾਂ ਨੇ ਤਾਂ ਫਿਰ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਵੀ ਚਾਹੀਦੇ ਨੇ। ਭਾਰਤ ਦੇ ਵਿੱਚ ਹੁਣ ਜਿਹੜੇ ਹਾਈਵੇਜ਼ ਨੇ ਉਹਨਾਂ 'ਤੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਲਈ ਕੋਈ ਵੱਡਾ ਪਲਾਨ ਸਾਹਮਣੇ ਲਿਆਂਦਾ ਗਿਆ ਜੀ? ਬਿਲਕੁਲ ਜੀ, ਨਿਤਿਨ ਗਡਕਰੀ ਹੋਰੀ ਇੱਕ ਹਮ ਸਫ਼ਰ ਯੋਜਨਾ ਲੈ ਕੇ ਆਏ ਨੇ। ਵੈਸੇ ਮੋਦੀ ਸਰਕਾਰ ਦੇ ਵਿੱਚ ਜੇ ਥੋੜ੍ਹਾ ਬਹੁਤ ਕਿਸੇ ਭਰੋਸਾ ਕੀਤਾ ਜਾਂਦਾ ਤਾਂ ਉਹ ਕਹਿੰਦੇ ਨਿਤਿਨ ਗਡਕਰੀ 'ਤੇ ਹੀ ਕੀਤਾ ਜਾਂਦਾ। ਵੈਸੇ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਟੋਲ ਵਾਲਾ ਮਹਿਕਮਾ ਵੀ ਉਹਨਾਂ ਕੋਲ ਵਸੂਲੀ ਵੀ ਸਭ ਤੋਂ ਵੱਧ ਉਹੀ ਕਰਦੇ ਨੇ, ਸੋ ਇਹ ਵੀ ਇੱਕ ਵਿਵਾਦ ਦਾ ਵਿਸ਼ਾ ਵੀ ਰਹਿੰਦਾ। ਪਰ ਹੁਣ ਉਹ ਇੱਕ ਹਮ ਸਫ਼ਰ ਯੋਜਨਾ ਲੈ ਕੇ ਆਏ ਨੇ। ਹਮ ਸਫ਼ਰ ਯੋਜਨਾ ਦੇ ਵਿੱਚ ਮਤਲਬ ਜਿਹੜੇ ਇੱਥੇ ਐਕਸਪ੍ਰੈਸ ਵੇ ਬਣੇ ਨੇ ਹੁਣ, ਜਿਵੇਂ ਆਗਰਾ ਐਕਸਪ੍ਰੈਸ ਵੇ ਹੈ ਨਾ, ਸੋ ਉਸ ਤਰ੍ਹਾਂ ਜਿਹੜੇ ਐਕਸਪ੍ਰੈਸ ਵੇ ਨੇ ਉਹਦੇ ਵਿੱਚ ਇਹੀ ਹੈ ਕਿ ਤੁਸੀਂ ਟੋਲ ਦੀ ਪਰਚੀ ਲੈ ਕੇ ਐਂਟਰ ਕਰਗੇ, ਜਿੱਥੇ ਤੁਸੀਂ ਐਗਜ਼ਿਟ ਹੋਣਾ ਉੱਥੇ ਤੁਹਾਡਾ ਟੋਲ ਲੱਗਣਾ। ਪਰ ਰਸਤੇ ਦੇ ਵਿੱਚ ਕਈ ਥਾਂ ਦੇ ਉੱਤੇ ਸਟੋਪੇਜ ਬਣਾਏ ਗਏ ਨੇ ਜਿੱਥੇ ਤੁਸੀਂ ਵਾਸ਼ਰੂਮ ਯੂਜ਼ ਕਰਨਾ ਹੈ, ਕੋਈ ਫੂਡ ਲੈਣਾ ਹੈ ਨਾ, ਜਾਂ ਕੋਈ ਤੇਲ ਪਵਾਉਣਾ ਗੱਡੀ 'ਚ, ਉਹ ਸਾਰੇ ਸੈਂਟਰ ਬਣਾਏ ਗਏ ਨੇ, ਇੱਕੋ ਥਾਂ ਸਾਰੇ ਕੁਛ ਮਿਲਦਾ। ਉਹ ਤੋਂ ਬਾਅਦ ਫਿਰ ਤੁਸੀਂ ਉਸੇ ਹਾਈਵੇ 'ਤੇ ਚੜ੍ਹਨਾ, ਹੋਰ ਪਾਸੇ ਜਾ ਨਹੀਂ ਸਕਦੇ। ਹੁਣ ਇਹਨਾਂ ਨਵੇਂ ਹਾਈਵੇ 'ਤੇ ਤਾਂ ਇਹ ਪ੍ਰਬੰਧ ਹੈਗਾ, ਮਤਲਬ ਜਿਹੜਾ ਨਾ ਐਕਸਪ੍ਰੈਸ ਵੇ ਦੇ ਉੱਤੇ, ਪਰ ਜਿਹੜੀਆਂ ਰੂਟੀਨ ਵਾਲੇ ਹਾਈਵੇ ਨੇ ਸਾਡੇ, ਜਿਵੇਂ ਦਿੱਲੀ ਅੰਮ੍ਰਿਤਸਰ ਹਾਈਵੇ ਆਪਣਾ ਸ਼ੇਰਸ਼ਾਹ ਸੂਰੀ ਮਾਰਗ, ਹੁਣ ਉਹਦੇ ਤਾਂ ਮਤਲਬ 2 ਕਿਲੋਮੀਟਰ ਤੇ 1.5 ਕਿਲੋਮੀਟਰ ਤੇ ਚਾਰ ਚਾਰ ਢਾਬੇ ਇਕੱਠੇ ਆ ਜਾਂਦੇ ਨੇ, ਹੈ ਨਾ, ਕਿਤੇ ਕੋਈ ਦੁਕਾਨ ਆ ਗਈ, ਕਿਤੇ ਕੋਈ ਸ਼ਹਿਰ ਆ ਗਿਆ, ਇਹੋ ਜਿਹੇ ਰੋਡ ਦੇ ਉੱਤੇ ਵੀ, ਔਰ ਜਿਹੜੇ ਨਵੇਂ ਬਣ ਰਹੇ ਨੇ ਉਹਨਾਂ ਦੇ ਉੱਤੇ ਵੀ। ਇਹ ਕਹਿੰਦੇ ਕਿ ਹਰ 40 ਕਿਲੋਮੀਟਰ ਦੇ ਉੱਤੇ ਇੱਕ ਅਜਿਹਾ ਇਕੱਠਾ ਸੈਂਟਰ ਮਿਲੇ ਜਿੱਥੇ ਤੁਹਾਡੇ ਲਈ ਵੀਲ ਚੇਅਰ ਦਾ ਪ੍ਰਬੰਧ ਵੀ ਹੋਵੇ, ਜਿੱਥੇ ਤੁਹਾਡੇ ਲਈ ਮੋਬਾਈਲ ਚਾਰਜਿੰਗ ਦਾ ਪ੍ਰਬੰਧ ਵੀ ਹੋਵੇ, ਜਿੱਥੇ ਕਾਰ ਚਾਰਜਿੰਗ ਦਾ ਪ੍ਰਬੰਧ ਵੀ ਹੋਵੇ, ਉੱਥੇ ਰੈਸਟੋਰੈਂਟ ਵੀ ਹੋਵੇ, ਨੋਰਮਲ ਢਾਬਾ ਵੀ ਹੋਵੇ, ਮਤਲਬ ਤੇਲ ਪਾਉਣ ਲਈ ਪੰਪ ਵੀ ਹੋਵੇ, ਸੋ ਸਾਰੀਆਂ ਸਹੂਲਤਾਂ ਇੱਕ ਥਾਵਾਂ 'ਤੇ ਮਿਲਣੀਆਂ ਸ਼ੁਰੂ ਹੋਣ, ਅਤੇ ਜਿਹੜੇ ਰੂਟੀਨ ਦੇ ਵਿੱਚ ਉੱਥੇ ਆਲਰੇਡੀ ਪਹਿਲਾਂ ਤੋਂ ਢਾਬੇ 'ਤੇ ਪੰਪ ਹੈਗੇ ਜੀ, ਉਹਨਾਂ ਲਈ ਵੀ ਸਖ਼ਤ ਤਾੜਨਾ ਕੀਤੀ ਆ ਕਿ ਮਿੱਤਰੋ ਜੇ ਪਖਾਨਿਆਂ ਨੂੰ ਤੁਸੀਂ ਹੁਣ ਤਾਲੇ ਲਾਏ ਨਾ ਤਾਂ ਦੇਖ ਲਿਓ, ਹੈਂ, ਇਹ ਕੋਈ ਵੀ ਯਾਤਰੂਆਂ ਦੇ ਲਈ ਇਹ ਸਹੂਲਤ ਜ਼ਰੂਰੀ। ਵੈਸੇ 90% ਹੁਣ ਪੈਟਰੋਲ ਪੰਪਾਂ 'ਤੇ ਸਹੂਲਤ ਬਹਾਲ ਹੈ, ਹੈ ਨਾ, ਪਰ ਕਈ ਅਜੇ ਵੀ ਸ਼ਰਾਰਤ ਕਰਦੇ ਆ ਮਤਲਬ, ਸੋ ਇਸ ਲਈ ਹੋਟਲ ਰੈਸਟੋਰੈਂਟ ਵਾਲਿਆਂ ਲਈ ਵੀ, ਇਹਨਾਂ ਲਈ ਵੀ, ਇੱਕ ਤਾਂ ਉਹ ਪਹਿਲਕਦਮੀ, ਦੂਸਰਾ ਖਾਸ ਕਰਕੇ ਈ ਕਾਰਾਂ ਦੇ ਹਵਾਲੇ ਨਾਲ, ਮਤਲਬ ਜਿਵੇਂ ਪੰਪ ਹਰ 20 ਕਿਲੋਮੀਟਰ 'ਤੇ ਇੱਕ ਪੰਪ ਤੁਹਾਨੂੰ ਜ਼ਰੂਰ ਮਿਲ ਜਾਂਦਾ, ਜੀ ਜੀ ਜੀ, ਉਸੇ ਤਰ੍ਹਾਂ ਹੁਣ ਇਹ 40 ਤੋਂ 60 ਕਿਲੋਮੀਟਰ ਦੇ ਉੱਤੇ ਇੱਕ ਅਜਿਹੇ ਹੱਬ ਬਣਾਏ ਜਾਣਗੇ, ਜਿਸ 4 ਤਰ੍ਹਾਂ ਦੀ ਨੀਤੀ ਹੈ, ਜਿਵੇਂ ਪਹਿਲੇ ਪੜਾਅ ਦੇ ਵਿੱਚ ਹੋ ਸਕਦਾ ਸਿਰਫ ਖਾਣ ਪੀਣ ਦੀਆਂ ਥਾਵਾਂ ਹੀ ਹੋਣ, ਫੂਡ ਕੋਰਟ ਹੋਵੇ ਨਾਲ ਚਾਰਜਿੰਗ, ਇਸੇ ਤਰ੍ਹਾਂ ਖਾਣ ਪੀਣ ਦੀਆਂ ਥਾਵਾਂ ਦੇ ਨਾਲ ਫਿਊਲ ਸਟੇਸ਼ਨ ਵੀ ਤੇ ਚਾਰਜਿੰਗ, ਇਸੇ ਤਰ੍ਹਾਂ ਸਿਰਫ ਫਿਊਲ ਸਟੇਸ਼ਨ ਹੋਣਗੇ ਤੇ ਨਾਲ ਚਾਰਜਿੰਗ ਹੋਏਗਾ, ਉਹ 'ਚ ਪਖਾਨੇ, ਬੇਬੀ ਕੇਅਰ ਰੂਮ ਵਗੈਰਾ ਵੀ ਹੋਏਗਾ, ਹੈ ਨਾ, ਟਰਾਮਾ ਸੈਂਟਰ ਵਗੈਰਾ ਵੀ ਹੋ ਸਕਦੇ ਨੇ ਉਹਦੇ ਨਾਲ ਵੀ, ਫਿਰ ਚਾਰਜਿੰਗ, ਸੋ ਚਾਰਜਿੰਗ ਸਟੇਸ਼ਨ ਹਰ ਥਾਂ ਖੁੱਲ ਰਹੇ ਨੇ। ਹੋ ਸਕਦਾ ਇਹਦੇ ਪਿੱਛੇ ਕਾਰ ਕੰਪਨੀਆਂ ਦੀ ਵੱਡੀ ਯੋਗਦਾਨ ਹੋਵੇ, ਐਂ, ਕਿਉਂਕਿ ਉਹਨਾਂ ਨੇ ਮਾਲ ਵੀ ਵੇਚਣਾ, ਸੋ ਇਸ ਲਈ ਉਹਦਾ ਪ੍ਰਚਾਰ ਵੀ ਹੋਵੇ, ਪਰ 1000 ਅਜਿਹੇ ਸੈਂਟਰ ਖੋਲਣ ਦੀ ਤਿਆਰੀ 'ਚ ਨੇ ਗਡਕਰੀ ਸਾਹਿਬ।